ਕੱਲ੍ਹ ਆਇਆ ਸੀਗਾ, ਗੱਡੀ ਆਈ ਆ ਐਸ ਕਰੋਸ ਗੱਡੀ, ਵਾਈਟ ਕਲਰ ਦੀ ਗੱਡੀ ਸੀ, ਅਤੇ ਇੱਕ ਜਦੋਂ ਰੋਕਿਆ ਇਹ 'ਚ ਵਿਅਕਤੀ ਦਾ ਇਹ 'ਚ ਕੈਸ਼ ਸੀਗਾ ਆਲਮੋਸਟ 18 ਲੱਖ ਰੁਪਇਆ। ਇਹਨੂੰ ਫਿਰ ਸਟੈਟਿਸਟਿਕ ਟੀਮ ਨੂੰ ਇਨਫੋਰਮ ਕੀਤਾ, ਸਟੈਟਿਸਟਿਕ ਟੀਮ ਦੇ ਮਿਸਟਰ ਹਰਦੀਪ ਸਿੰਘ ਨੇ, ਉਹ ਮੌਕੇ 'ਤੇ ਆ ਗਏ, ਉਹਨਾਂ ਨੇ ਮੌਕੇ 'ਤੇ ਆ ਕੇ ਕੈਸ਼ ਚੈੱਕ ਕੀਤਾ, ਜਿਹੜੀ ਕੈਸ਼ ਹੈਗਾ 18 ਲੱਖ ਰੁਪਇਆ ਕੈਸ਼ ਹੈਗਾ ਜੀ। ਅਤੇ ਇਹ ਠੇਕੇਦਾਰ ਨੇ, ਸ਼ਰਾਬ ਦੇ ਠੇਕੇਦਾਰ ਹੈ ਜਿਹੜਾ ਕੈਸ਼ ਲੈ ਕੇ ਜਾ ਰਹੇ ਸੀ, ਪਰ ਆਪਣਾ ਕੋਈ ਸਬੂਤ ਫਿਲਹਾਲ ਨਹੀਂ ਦਿਖਾ ਸਕੇ ਮੌਕੇ 'ਤੇ।